ਆਜ਼ਾਦੀ ਦਾ ਅਮਰਤ ਮਹੌਸਮ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮਾਨਨੇ ਪਰਮਾਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਗਾਂਦੀਵਾਦੀ ਆਜ਼ਾਦੀ ਕੁਲਾਟੀਏ ਗੰਗਾਤਰ राव ਬਾਲਕ੍ਰਿਸ਼ਨ ਦੇਸ਼ਪਾਂਡੇ ਅਤੇ ਮਧੂਲక్ష్ਮੀ ਰਾੜੀ ਬਾਰੇ ਜਾਣਕਾਰੀ ਦੇ ਰਿਹਾ ਹਾਂ ਅੱਜ ਅਸੀਂ ਗਾਂਦੀਵਾਦੀ ਆਜ਼ਾਦੀ ਕੁਲਾਟੀਏ ਗੰਗਾਤਰ राव 발ਕ੍ਰਿਸ਼ਨ ਦੇਸ਼ਪਾਂਡੇ ਨੂੰ ਯਾਦ ਕਰ ਰਹੇ ਹਾਂ ਉਹਨਾਂ ਦਾ ਦੇਹਾਂਤ 30 ਜੁਲਾਈ 1960 ਨੂੰ ਹੋਇਆ ਸੀ ਗੰਗਾਤਰ राव ਨੇ ਕਰਨਾਟਕ ਤੇ ਮਹਾਰਾਸ਼ਟਰ ਦੀ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਗੰਗਾਧਰ ਰਾਵਦਾ ਜਨਮਿਕਤੀ ਮਾਰਚ 1871 ਨੂੰ ਕਰਨਾਟਕ ਦੇ ਬੈਲਗਾਮ ਵਿੱਚ ਹੋਇਆ ਸੀ ਉਹ ਸ਼ੁਰੂ ਤੋਂ ਹੀ ਸਮਾਜਿਕ ਸੁਧਾਰ ਵਿੱਚ ਬਹੁਤ ਜ਼ਿਆਦਾ ਰੁਚੀ ਰੱਖਦੇ ਸਨ ਬਾਅਦ ਵਿੱਚ ਸੁਤੰਤਰਤਾ ਅੰਦੋਲਨ ਵੱਲ ਉਹ ਉਸ ਵੇਲੇ ਪ੍ਰੇਰਿਤ ਹੋਏ ਜਾਦੂਨਾਦੀ ਮੁਲਾਕਾਤ ਲੋਕਮਾਨਿਆ ਬਾਲ ਗੰਗਾਧਰ ਥਿਲਕ ਨਾਲ ਹੋਈ ਬਾਲ ਗੰਗਾ ਤਰਾਫ ਨਹੀਂ ਸਵਰਾਸ਼ ਲਈ ਸੰਘਰਸ਼ ਵਿੱਚ ਕਰਨਾਟਕ ਦੀ ਨੌਜਵਾਨ ਵਰਗ ਦੀ ਅਗਵਾਈ ਕੀਤੀ ਜਿਸ ਦੇ ਬਾਅਦ ਉਹ ਕਰਨਾਟਕ ਦੇ ਸ਼ੇਰ ਦੇ ਨਾਮ ਨਾਲ ਪ੍ਰਸਿੱਧ ਹੋਏ ਜਦ ગાંધીજી ਨੇ ਟਾਡੀ ਵਿੱਚ ਨਮਕ ਸत्याग्रह ਅੰਦੋਲਨ ਸ਼ੁਰੂ ਕੀਤਾ ਤਾਂ ਦੇਸ਼ਪਾਂਡੇ ਨੇ ਵੀ ਨਮਕ ਵੇਚ ਕੇ ਕਾਨੂੰਨ ਦੀ ਉਲੰਘਣਾ ਕੀਤੀ ਦੇਸ਼ਪਾਂਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਨ੍ਹਾਂ ਨੂੰ ਕਰਨਾਟਕ ਦੇ ਖਾਦੀ ਬਾਗੀ ਰਤਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਖਾਦੀ ਅੰਦੋਲਨ ਦੇ ਬਾਰੇ ਵਿੱਚ ਜਾਗਰੂਕਤਾ ਫੈਲਾਉਣ ਲਈ ਪਿੰਡ-ਪਿੰਡ ਗਏ ਸਨ ਗੰਗਾਤਰ राव ਦੀ ਅਗਵਾਹੀ ਦੇ ਕਾਰਨ ਬੈਲਗਾਮ ਨਿਵਾਸੀਆਂ ਨੇ 1942 ਵਿੱਚ ਭਾਰਤ ਛੱਡੋ ਅੰਦੋਲਨ ਵਿੱਚ ਬੜੇ ਉਤਸ਼ਾਹ ਨਾਲ ਹਿੱਸਾ ਲਿਆ 3 ਜੁਲਾਈ 1960 ਨੂੰ ਗੰਗਾਤਰ राव ਬਾਲਕ੍ਰਿਸ਼ਨ ਪਾਂਡੇ ਦਾ ਦੇਹਾਂਤ ਹੋ ਗਿਆ ਮਹਾਨ ਰਾਸ਼ਟਰੀਵਾਦੀ ਨੂੰ ਸਾਡਾ ਸਤਿ ਸ਼ਤ ਨਮਸਕਾਰ ਅੱਜ ਅਸੀਂ ਮੂਤੂ ਲక్ష్ਮੀ ਰੈਡੀ ਨੂੰ ਵੀ ਯਾਦ ਕਰ ਰਹੇ ਹਾਂ ਉਹਨਾਂ ਦਾ ਜਨਮ 3 ਜੁਲਾਈ 1886 ਨੂੰ ਕਪੂਦੂ ਉਟਿਆਈ ਰਿਆਸਤ ਵਿੱਚ ਹੋਇਆ ਸੀ ਜਿਸ ਨੂੰ ਹੁਣ ਤਾਮਿਲ ਲਾਡੂ ਕਿਹਾ ਜਾਂਦਾ ਹੈ ਬਹੁਪੱਖੀ ਵਿਅਕਤੀਅਤਵ ਦੇ ਤਣੀ ਮੂਤੂ ਲక్ష్ਮੀ ਰੈਡੀ ਕਈ ਮਾਮਲਿਆਂ ਵਿੱਚ ਅੱਗੇ ਰਹੇ ਉਦੇਸ਼ਤੇ ਪਹਿਲੇ ਮਹਿਲਾ ਡਾਕਟਰਾਂ ਵਿੱਚ ਸ਼ਾਮਲ ਸਨ ਉਹ ਮਦਰਾਸ ਵਿਦਵਾਨ ਪਰਿਸ਼ਦ ਦੇ ਪਹਿਲੇ ਮਹਿਲਾ ਮੈਂਬਰ ਸਨ ਉਹ ਉਪ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਮਹਿਲਾ ਸਨ ਉਹ ਮਿੰਸਟਰੀ ਇੰਡੀਆ ਐਸੋਸੀਏਸ਼ਨ ਦੇ ਪਹਿਲੇ ਪ੍ਰਧਾਨ ਤੇ ਮਦਰਾਸ ਨਿਕਮ ਦੇ ਮੇਅਰ ਚੁਣੇ ਜਾਣ ਵਾਲੇ ਪਹਿਲੇ ਮਹਿਲਾ ਸਨ ਉਨ੍ਹਾਂ ਉਪलब्ਧੀਆਂ ਤੋਂ ਵੀ ਸਭ ਤੋਂ ਉੱਪਰ ਉਹ ਬਾਲ ਵਿਆਹ ਅਤੇ ਦੇਵਦਾਸੀ ਪ੍ਰਥਾ ਦੇ ਅਭਿਆਨਾਂ ਸਹਿਤ ਸਮਾਜਿਕ ਮੁੱਦਿਆਂ ਦੇ ਸੰਬੰਧ ਵਿੱਚ ਕੰਮ ਕਰਨ ਵਾਲਿਆਂ ਵਜੋਂ ਸਭ ਤੋਂ ਵੱਧ ਚਰਚਿਤ ਸਨ ਮੂਤੂ ਲਕਸ਼ਮੀ ਦੇ ਪਿਤਾ ਐਸ ਨਰਾਇਣ ਸਵਾਮੀ ਆਈਅਰ ਮਹਾਰਾਜਾ ਕਾਲਜ ਦੇ ਪ੍ਰਿੰਸੀਪਲ ਸਨ। ਉਨ੍ਹਾਂ ਨੂੰ ਮੂਤੂ ਲਕਸ਼ਮੀ ਦੀ ਮਾਂ ਦੇਵਦਾਸੀ ਚੰ드ਰਾਮਲ ਨਾਲ ਵਿਆਹ ਕਰਵਾਉਣ ਕਾਰਨ ਆਪਣੇ ਪਰਿਵਾਰ ਤੋਂ ਬਾਹਰ ਰੱਖਿਆ ਗਿਆ। ਮੂਤੂ ਲਕਸ਼ਮੀ ਨੂੰ ਆਪਣੀ ਨਾਨਕਿਆ ਨਾਲ ਵਿਸ਼ੇਸ਼ ਲਗਾਅ ਸੀ ਅਤੇ ਨਾਨਕਿਆ ਨਾਲ ਅਜੀਹੀ ਨੇੜਤਾ ਨੇ ਉਨ੍ਹਾਂ ਨੂੰ ਦੇਵਦਾਸੀ ਸਮੁਦਾਇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਬੋਧ ਕਰਵਾਇਆ। ਨਾਰਾਇਣ ਸਵਾਮੀ ਆਇਆ ਨੇ ਪਰੰਪਰਾ ਤੋੜੀ ਅਤੇ ਮੂਤੂ ਲక్ష్ਮੀ ਨੂੰ ਵਿਦਿਆਲਿਆ ਭੇਜਿਆ ਜਦ ਮੂਤੂ ਲక్ష్ਮੀ ਨੇ ਮੈਟ੍ਰਿਕ ਪ੍ਰੀਖਿਆ ਪਾਸ ਕੀਤੀ ਤਾਂ ਉਹਨਾਂ ਨੇ ਮਹਾਰਾਜਾ ਕਾਲਜ ਵਿੱਚ ਦਾਖਲੇ ਲਈ ਅਰਜ਼ੀ ਦਿੱਤੀ ਪਰੰਤੂ ਅਰਜ਼ੀ ਦਾ ਵਿਰੋਧ ਕੀਤਾ ਗਿਆ ਕਿਉਂਕਿ ਅਧਿਕਾਰੀਆਂ ਦੇ ਮੁਤਾਬਕ ਇਸ ਨਾਲ ਕਾਲਜ ਦਾ ਮਾਹੌਲ ਖਰਾਬ ਹੋ ਜਾਂਦਾ ਪਰੰਤੂ ਪਦੂਕਦੋਹੀ ਦੇ ਮਹਾਰਾਜਾ ਨੇ ਉਹਨਾਂ ਇਤਰਾਜ਼ਾਂ ਨੂੰ ਅਸਵੀਕਾਰ ਕਰ ਦਿੱਤਾ ਅਤੇ ਮੂਤੂ ਲక్ష్ਮੀ ਨੂੰ ਕਾਲਜ ਵਿੱਚ ਦਾਖਲਾ ਦੇ ਦਿੱਤਾ। ਉਹਨਾਂ ਨੇ ਮੂਤੂ ਲక్ష్ਮੀ ਨੂੰ ਵਜ਼ੀਫਾ ਵੀ ਦਿੱਤਾ। ਕਾਲਜ ਦੇ ਦਿਨਾਂ ਵਿੱਚ ਮੂਤੂ ਲక్ష్ਮੀ ਦੀ ਮੁਲਾਕਾਤ ਸਰੋਜਨੀ ਨਾਇਡੂ ਨਾਲ ਹੋਈ ਅਤੇ ਉਹ ਮਹਿਲਾਵਾਂ ਸੰਭਾਵਾਂ ਵਿੱਚ ਜਾਣ ਲੱਗ ਪਈ। ਮਹਾਤਮਾ ਗਾਂਧੀ ਅਤੇ ਐਨੀ ਬੈਸੈਂਟ ਨੇ ਮੂਤੂ ਲక్ష్ਮੀ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ। 1930 ਵਿੱਚ ਮੂਤੂ ਲక్ష్ਮੀ ਰੈਡੀ ਨੇ ਮਦਰਾਸ ਵਿਦਾਨ ਪਰਿਸ਼ਦ ਵਿੱਚ ਬਿੱਲ ਪੇਸ਼ ਕੀਤਾ ਉਸ ਨੂੰ ਬਾਅਦ ਵਿੱਚ ਦੇਵਦਾਸੀ ਖਾਤਮਾ ਕਾਨੂੰਨ ਦੇ ਨਾਂ ਨਾਲ ਜਾਣਿਆ ਗਿਆ ਇਸ ਬਿੱਲ ਨੂੰ ਕਾਨੂੰਨ ਬਣਨ ਲਈ 15 ਤੋਂ ਵੱਧ ਸਾਲ ਲੱਗੇ ਮੂਤੂ ਲక్ష్ਮੀ ਰੈਡੀ ਜੀਵਨ ਭਰ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਕੰਮ ਕਰਦੇ ਰਹੇ 22 ਜੁਲਾਈ 1968 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਭਾਰਤ ਦੀ ਮਹਾਨ ਬੇਟੀ ਨੂੰ ਸਤ ਸਤ